ਪੰਜਾਬ ਦੀ ਨੌਜਵਾਨ ਨੇ ਨਸ਼ਿਆਂ ਦੀ ਦਲਦਲ ਚ ਫਸਦੀ ਜਾ ਰਹੀ ਹੈ, ਜਿਸ ਦੀਆਂ ਕਈ ਵਾਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮੁੰਡਾ ਹੈ ਜੋ ਨਸ਼ੇ ਦਾ ਟੀਕਾ ਲਗਾ ਕੇ ਸੜਕ ਤੇ ਹੀ ਬੇਸੁੱਧ ਹੋ ਕੇ ਪਿਆ ਹੋਇਆ ਹੈ। ਨਾ ਤਾਂ ਉਸ ਤੋਂ ਖੜ ਹੋ ਰਿਹਾ ਹੈ, ਨਾ ਬੋਲ ਹੋ ਰਿਹਾ ਹੈ ਤੇ ਨਾ ਹੀ ਉਸ ਦੀਆਂ ਅੱਖਾਂ ਖੁੱਲ ਰਹੀਆਂ ਨੇ। ਲੋਕ ਵੀ ਦੇਖ ਕੇ ਡਰ ਗਏ। ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਇਸ ਮੁੰਡੇ ਨੂੰ ਜਗਾਉਣ ਦੀ, ਹੋਸ਼ 'ਚ ਲਿਆਉਣ ਦੀ, ਖੜਾ ਕਰਨ ਦੀ, ਪਰ ਉਹ ਵੀ ਨਾਕਾਮ ਰਹੀ। ਤਸਵੀਰਾਂ ਬਠਿੰਡਾ ਦੀਆਂ ਦੱਸੀ ਜਾ ਰਹੀਆਂ ਨੇ, ਜਿੱਥੇ ਬਠਿੰਡਾ ਦੇ ਸੰਤਪੁਰਾ ਰੋਡ ਦੇ ਉੱਤੇ ਇਹ ਨੌਜਵਾਨ ਮੁੰਡਾ ਆ ਜੋ ਨਸ਼ੇ ਦਾ ਟੀਕਾ ਲਗਾ ਕੇ ਸੜਕ ਤੇ ਹੀ ਬੇਸੁੱਧ ਪਿਆ ਹੈ। ਕੋਲ ਹੀ ਇਹਦੇ ਸਿਰਿੰਜ ਵੀ ਪਈ ਹੋਈ ਹੈ, ਜਿਸ ਦੇ ਨਾਲ ਇਸਨੇ ਇੰਜੈਕਸ਼ਨ ਲਗਾਇਆ ਹੈ ਤੇ ਇੰਜੈਕਸ਼ਨ ਲਗਾਉਂਦਿਆਂ ਹੀ ਇਹ ਬਿਲਕੁਲ ਬੇਸੁੱਧ ਹੋ ਕੇ ਸੜਕ ਤੇ ਹੀ ਡੇਕਿਆ ਹੈ। ਤਸਵੀਰਾਂ ਦੇ ਵਿੱਚ ਦੇਖੋ ਕਿ ਕਿਵੇਂ ਇਹ ਮੁੰਡਾ ਜਿਹੜਾ ਹੈ ਨਾ ਤਾਂ ਬੈਠਾ ਹੈ ਤੇ ਨਾ ਹੀ ਲੇਟਿਆ ਹੈ, ਬਸ ਡਿੱਗਿਆ ਹੋਇਆ ਹੈ, ਜਿਸ ਨੂੰ ਲੋਕ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਤੋਂ ਖੜ ਨਹੀਂ ਹੋ ਰਿਹਾ। ਅੱਖਾਂ ਵੀ ਨਹੀਂ ਖੁੱਲ ਰਹੀਆਂ ਹੈ, ਇਸ ਕਦਰ ਨਸ਼ਾ ਕੀਤਾ ਹੋਇਆ ਹੈ ਤਾਂ ਡਰ ਦੇ ਲੋਕਾਂ ਨੇ ਇਸ ਨੌਜਵਾਨ ਨੂੰ ਖੁਦ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਮੁੰਡਾ ਕਿੱਥੋਂ ਦਾ ਹੈ, ਕੌਣ ਹੈ, ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ, ਪਰ ਇੱਥੇ ਰਾਹਗੀਰਾਂ ਦੇ ਵੱਲੋਂ ਹੀ ਮਦਦ ਕੀਤੀ ਗਈ ਹੈ, ਜੋ ਬੇਹੋਸ਼ ਹੋਏ ਮੁੰਡੇ ਨੂੰ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਦੱਸ ਦਈਏ ਕਿ ਬਠਿੰਡਾ ਦੇ ਵਿੱਚੋਂ ਪਹਿਲਾਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ, ਬਲਕਿ ਪੰਜਾਬ ਦੇ ਕਈ ਸ਼ਹਿਰਾਂ ਤੋਂ, ਕਈ ਥਾਵਾਂ ਤੋਂ ਅਜਿਹੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਮੁੰਡੇ ਨਸ਼ਾ ਕਰਦੇ ਨੇ, ਨਸ਼ੇ ਦਾ ਟੀਕਾ ਲਗਾਉਂਦੇ ਨੇ ਤੇ ਸੜਕਾਂ ਤੇ ਇਸੇ ਤਰ੍ਹਾਂ ਬੇਸੁੱਧ ਹੋ ਕੇ ਪਏ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਹੁਣ ਇਹ ਤਾਜ਼ਾ ਤਸਵੀਰਾਂ ਨੇ ਜਿੱਥੇ ਮੁੰਡਾ ਇਸ ਕਦਰ ਨਸ਼ੇ 'ਚ ਪਿਆ ਹੋਇਆ ਹੈ ਕਿ ਇਸ ਤੋਂ ਨਾ ਖੜ ਹੋ ਰਿਹਾ ਹੈ, ਨਾ ਬੋਲ ਹੋ ਰਿਹਾ, ਨਾ ਅੱਖਾਂ ਖੁੱਲ ਰਹੀਆਂ ਨੇ, ਬਲਕਿ ਲੋਕ ਇਸਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਵੀ ਕਰਦੇ ਰਹੇ, ਪਰ ਇਹ ਮੁੰਡਾ ਹੋਸ਼ ਦੇ ਵਿੱਚ ਨਹੀਂ ਆਇਆ, ਜਿਸ ਕਰਕੇ ਡਰ ਦੇ ਲੋਕਾਂ ਨੇ ਇਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ। ਪੰਜਾਬ ਦੀ ਨੌਜਵਾਨ ਨੇ ਨਸ਼ਿਆਂ ਦੀ ਦਲਦਲ 'ਚ ਫਸਦੀ ਜਾ ਰਹੀ ਹੈ, ਜਿਸ ਦੀਆਂ ਕਈ ਵਾਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮੁੰਡਾ ਹੈ ਜੋ ਨਸ਼ੇ ਦਾ ਟੀਕਾ ਲਗਾ ਕੇ ਸੜਕ ਤੇ ਹੀ ਬੇਸੁੱਧ ਹੋ ਕੇ ਪਿਆ ਹੋਇਆ ਹੈ। ਨਾ ਤਾਂ ਉਸ ਤੋਂ ਖੜ ਹੋ ਰਿਹਾ ਹੈ, ਨਾ ਬੋਲ ਹੋ ਰਿਹਾ ਹੈ ਤੇ ਨਾ ਹੀ ਉਸ ਦੀਆਂ ਅੱਖਾਂ ਖੁੱਲ ਰਹੀਆਂ ਨੇ। ਲੋਕ ਵੀ ਦੇਖ ਕੇ ਡਰ ਗਏ। ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਇਸ ਮੁੰਡੇ ਨੂੰ ਜਗਾਉਣ ਦੀ, ਹੋਸ਼ 'ਚ ਲਿਆਉਣ ਦੀ, ਖੜਾ ਕਰਨ ਦੀ, ਪਰ ਉਹ ਵੀ ਨਾਕਾਮ ਰਹੀ। ਤਸਵੀਰਾਂ ਬਠਿੰਡਾ ਦੀਆਂ ਦੱਸੀ ਜਾ ਰਹੀਆਂ ਨੇ, ਜਿੱਥੇ ਬਠਿੰਡਾ ਦੇ ਸੰਤਪੁਰਾ ਰੋਡ ਦੇ ਉੱਤੇ ਇਹ ਨੌਜਵਾਨ ਮੁੰਡਾ ਆ ਜੋ ਨਸ਼ੇ ਦਾ ਟੀਕਾ ਲਗਾ ਕੇ ਸੜਕ ਤੇ ਹੀ ਬੇਸੁੱਧ ਪਿਆ ਹੈ। ਕੋਲ ਹੀ ਇਹਦੇ ਸਿਰਿੰਜ ਵੀ ਪਈ ਹੋਈ ਹੈ, ਜਿਸ ਦੇ ਨਾਲ ਇਸਨੇ ਇੰਜੈਕਸ਼ਨ ਲਗਾਇਆ ਹੈ ਤੇ ਇੰਜੈਕਸ਼ਨ ਲਗਾਉਂਦਿਆਂ ਹੀ ਇਹ ਬਿਲਕੁਲ ਬੇਸੁੱਧ ਹੋ ਕੇ ਸੜਕ ਤੇ ਹੀ ਡੇਕਿਆ ਹੈ। ਤਸਵੀਰਾਂ ਦੇ ਵਿੱਚ ਦੇਖੋ ਕਿ ਕਿਵੇਂ ਇਹ ਮੁੰਡਾ ਜਿਹੜਾ ਹੈ ਨਾ ਤਾਂ ਬੈਠਾ ਹੈ ਤੇ ਨਾ ਹੀ ਲੇਟਿਆ ਹੈ, ਬਸ ਡਿੱਗਿਆ ਹੋਇਆ ਹੈ, ਜਿਸ ਨੂੰ ਲੋਕ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਤੋਂ ਖੜ ਨਹੀਂ ਹੋ ਰਿਹਾ। ਅੱਖਾਂ ਵੀ ਨਹੀਂ ਖੁੱਲ ਰਹੀਆਂ ਹੈ, ਇਸ ਕਦਰ ਨਸ਼ਾ ਕੀਤਾ ਹੋਇਆ ਹੈ ਤਾਂ ਡਰ ਦੇ ਲੋਕਾਂ ਨੇ ਇਸ ਨੌਜਵਾਨ ਨੂੰ ਖੁਦ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਮੁੰਡਾ ਕਿੱਥੋਂ ਦਾ ਹੈ, ਕੌਣ ਹੈ, ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ, ਪਰ ਇੱਥੇ ਰਾਹਗੀਰਾਂ ਦੇ ਵੱਲੋਂ ਹੀ ਮਦਦ ਕੀਤੀ ਗਈ ਹੈ, ਜੋ ਬੇਹੋਸ਼ ਹੋਏ ਮੁੰਡੇ ਨੂੰ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ। ਦੱਸ ਦਈਏ ਕਿ ਬਠਿੰਡਾ ਦੇ ਵਿੱਚੋਂ ਪਹਿਲਾਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ, ਬਲਕਿ ਪੰਜਾਬ ਦੇ ਕਈ ਸ਼ਹਿਰਾਂ ਤੋਂ, ਕਈ ਥਾਵਾਂ ਤੋਂ ਅਜਿਹੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਮੁੰਡੇ ਨਸ਼ਾ ਕਰਦੇ ਨੇ, ਨਸ਼ੇ ਦਾ ਟੀਕਾ ਲਗਾਉਂਦੇ ਨੇ ਤੇ ਸੜਕਾਂ ਤੇ ਇਸੇ ਤਰ੍ਹਾਂ ਬੇਸੁੱਧ ਹੋ ਕੇ ਪਏ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਹੁਣ ਇਹ ਤਾਜ਼ਾ ਤਸਵੀਰਾਂ ਨੇ ਜਿੱਥੇ ਮੁੰਡਾ
ਇਸ ਕਦਰ ਨਸ਼ੇ 'ਚ ਪਿਆ ਹੋਇਆ ਹੈ ਕਿ ਇਸ ਤੋਂ ਨਾ ਖਾੜ ਹੋ ਰਿਹਾ ਹੈ, ਨਾ ਬੋਲ ਹੋ ਰਿਹਾ, ਨਾ ਅੱਖਾਂ ਖੁੱਲਦੀਆਂ ਨੇ, ਬਲਕਿ ਲੋਕ ਇਸਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਵੀ ਕਰਦੇ ਰਹੇ, ਪਰ ਇਹ ਮੁੰਡਾ ਹੋਸ਼ ਦੇ ਵਿੱਚ ਨਹੀਂ ਆਇਆ, ਜਿਸ ਕਰਕੇ ਡਰ ਦੇ ਲੋਕਾਂ ਨੇ ਇਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ।